सत श्री अकाल, अजीत वैब टीवी देख रहे सारे दर्शकों का स्वागत है। मैं हाँ हरप्रीत कौर, तो अजीत खबरों के इस बुलेटिन में सब तो पहला नज़र मारते हैं अज दियां चोणवीं खबरों पर। कार दे नहर विच डिगण नाल एक परिवार के 6 मैंबरों की मौत। पंजाब सरकार वालों लंगर ते GST रिफंड। जस्टिस रणजीत सिंह कमिशन मामले में सुखबीर बादल ते मजीठिया नूं वड्डी राहत। मां पुत नूं प्राइवेट कंपनी की बस ने मारी टक्कर, औरत की मौके पर मौत। पंजाब तो राजस्थान जांदी गंग कनाल नहर विच एक कार डिगण कारण एक परिवार के 6 लोगों की मौत हो गई। कार ड्राइवर पानी विच ही वह गया। इस हादसे विच एक व्यक्ति वाल वाल बच गया। मिली जानकारी मुताबक फाजिलका दे पिंड अमरपुरा तो एक परिवार पिंड अच्छा डिगी जा रहा है। जदों पिंड जंडवाला मीरा सांगला कोल पुज्या तां उन्हां दी कार दा संतुलन विगड़ गया, जिस कारण उन्हां दी कार नहर विच जा डिगी। मरण वालियां विच 4 बच्चे अते 2 महिलावां शामिल ने। बच्चों की उम्र 4 से 10 साल विचकार दसी जा रही है। ਮਾਮਲਾ ਜੀ ਇਧਰੋਂ ਗੱਡੀ ਆਈ ਹੈ, 10 ਦਿਨ ਕੋਈ ਸਟੇਅਰਿੰਗ ਖੁੱਲਿਆ, 1:30 ਸੀ ਤੇ ਮੈਂ ਪਾਣੀ ਭਰਦਾ ਸੀ ਤੇ ਮੈਂ ਜਦੋਂ ਘਰੇ ਆਪਣੇ 1 ਕਿਲੋਮੀਟਰ ਤੇ ਘਰ ਸਾਡਾ ਇੱਥੇ ਜੰਡ ਵਾਲਾ ਪਿੰਡ, ਉੱਥੇ ਘਰੇ ਆਪਣੇ ਤਾਂ ਕਹਿੰਦੇ ਕਾਰ ਡਿੱਗ ਪਈ। ਸਾਡੇ ਕੋਲ ਰੱਸੇ ਸੀਗੇ, ਕੋਈ ਪਿੰਡ 'ਚ ਸਾਰਿਆਂ ਨੂੰ ਫੋਨ ਫੂਨ ਕਰਕੇ ਭੇਜਿਆ, ਉਹ 15 ਮਿੰਟਾਂ ਬਾਅਦ ਹੀ ਆ ਗਏ ਜੀ ਤੇ ਐਂਬੂਲੈਂਸ ਆਉਣ ਦੇ ਹੋਣ ਆਈਆਂ ਨੇ ਇਹਨਾਂ ਦੀਆਂ। 4 ਜਵਾਕ ਸੀਗੇ ਜੀ, 2 ਜਨਾਨੀਆਂ ਸੀਗੀਆਂ। ਇੱਕ ਕਾਰ ਦੇ ਵਿੱਚੋਂ ਬੰਦਾ ਰੁੜ ਗਿਆ, ਮਤਲਬ ਕਿ ਜਿਹੜਾ ਚਲਾਉਂਦਾ ਸੀ ਉਹ ਰੁੜ ਗਿਆ, ਜਿਹੜਾ ਨਾਲ ਬੈਠਾ ਸੀ ਉਹ ਬਾਹਰ ਆ ਗਿਆ। 8-10 ਦਿਨ ਮੌਤ 7 ਦੀ ਹੋਈ, 1 ਨਿਕਲ ਆਇਆ ਜੀ, 1 ਬਾਹਰ ਪਹਿਲਾਂ ਨਿਕਲ ਆਇਆ ਜਦੋਂ ਗੱਡੀ ਡਿੱਗਦੀ ਹੈ ਵਿੱਚ। 4 ਜਵਾਕ ਸੀ, 2 ਜਨਾਨੀਆਂ ਸੀ, ਇੱਥੇ ਬਾਹਰ ਕੱਢੀਆਂ, 1 ਬੰਦਾ ਉਹ ਜਿਹੜਾ ਰੁੜ ਗਿਆ ਉਹ ਨਹੀਂ ਨਿਕਲਿਆ ਜੀ। ਕਾਲ ਕੀ ਅੱਜ ਬਲਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ 2 ਭਾਈ ਸੀ, ਨਾਲ ਇਹਨਾਂ ਦਾ ਪਰਿਵਾਰ ਸੀ। ਇਹ ਆਪਦੇ ਪਿੰਡ ਢਾਣੀ ਆਲਮ ਸ਼ਾਹ ਦਾਖਲੀ ਅਮਰਪੁਰਾ ਤੋਂ ਸੈਂਟਰੋ ਕਾਰ 'ਤੇ ਸੁਖਨਾ ਲਾਉਣ ਵਾਸਤੇ ਅਚੜੇ ਕੀ ਚੱਲੇ ਸੀ। ਜਦੋਂ ਇਹਨਾਂ ਦੀ ਗੱਡੀ ਜੰਡਲਾ ਮੀਰਾ ਸਾਂਗਲਾ ਪਿੰਡ ਕ੍ਰੋਸ ਕਰਕੇ ਅੱਗੇ ਗੰਕਨਾਲ ਦੇ ਪੁਲ 'ਤੇ ਪੁੱਜੀ ਤਾਂ ਅਚਾਨਕ ਇਹਨਾਂ ਦਾ ਸਟੇਅਰਿੰਗ ਜਾਮ ਹੋ ਗਿਆ। ਤਾਂ ਬਲਵਿੰਦਰ ਸਿੰਘ ਨੇ ਡਰਾਈਵਰ ਭਰਾ ਸੁਰਿੰਦਰ ਸਿੰਘ ਨੂੰ ਕਿਹਾ ਵੀ ਸਟੇਅਰਿੰਗ ਜਾਮ ਹੋ ਗਿਆ। ਉਹਨੇ ਕਿਹਾ ਬ੍ਰੇਕ ਮਾਰ, ਪਰ ਬ੍ਰੇਕ ਮਾਰਨ ਦੀ ਬਜਾਏ ਉਹਦਾ ਪੈਰ ਜਿਹੜਾ ਐਕਸੀਲੇਟਰ 'ਤੇ ਰੱਖਿਆ ਗਿਆ। ਐਕਸੀਲੇਟਰ 'ਤੇ ਪੈਰ ਰੱਖਣ ਕਰਕੇ ਜਿਹੜੀ ਉਹ ਗੱਡੀ ਗੰਕਨਾਲ ਦੇ ਵਿੱਚ ਜਾ ਡਿੱਗੀ। ਸਾਨੂੰ ਸਲਾਹ ਮਿਲਣ 'ਤੇ ਮੈਂ ਡੀ ਐੱਸ ਪੀ ਸਾਹਿਬ ਬੱਲੂਵਾਣਾ ਅਤੇ ਹੋਰ ਪਿੰਡ ਦੇ ਲੋਕ ਇਕੱਠੇ ਹੋਏ, ਪਬਲਿਕ ਦੇ ਯਤਨਾਂ ਨਾਲ ਇਕੱਠੀ ਗੱਡੀ ਬਾਹਰ ਕੱਢੀ। ਜਿਹੜਾ ਡਰਾਈਵਰ ਦੀ ਡੈੱਡ ਬੋਡੀ ਨਹੀਂ ਮਿਲੀ ਅਤੇ 6 ਡੈੱਡ ਬੋਡੀਆਂ ਮਿਲ ਗਈਆਂ। ਅਤੇ ਇੱਕ ਜਿਹੜਾ ਲੜਕਾ ਸੀ ਸੁਰਿੰਦਰ ਸਿੰਘ ਡਰਾਈਵਰ ਦਾ ਭਰਾ ਬਲਵਿੰਦਰ ਸਿੰਘ, ਉਹਨੇ ਪਹਿਲਾਂ ਛਾਲ ਮਾਰਤੀ ਸੀ, ਉਹ ਠੀਕ ਠਾਕ ਆ, ਉਹਨੂੰ ਮੂਲੀ ਝਿੱਟਾਂ ਆਈਆਂ। ਇਹਦੇ ਵਿੱਚ 4 ਬੱਚੇ ਨੇ, 2 ਔਰਤਾਂ ਨੇ ਅਤੇ 1 ਇਹਨਾਂ ਦੀ ਮਾਤਾ ਹੈ। ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਤਿਆਰ ਹੁੰਦੇ ਲੰਗਰ 'ਤੇ ਲਗਾਈ ਗਈ GST ਦੀ ਰਕਮ ਨੂੰ ਵਾਪਸ ਮੋੜ ਦਿੱਤਾ ਹੈ। ਪੰਜਾਬ ਸਰਕਾਰ ਨੇ 1,95,5,710 ਰੁਪਏ ਦੀ ਪਹਿਲੀ ਕਿਸ਼ਤ ਸ਼੍ਰੋਮਣੀ ਕਮੇਟੀ ਦੇ ਅਕਾਊਂਟ ਵਿੱਚ ਪਾ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਬਾਕੀ ਦੀ ਰਕਮ ਵੀ ਜਲਦ ਵਾਪਸ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਸਿੱਖ ਸੰਗਤਾਂ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਬਕਾਇਆ ਰਕਮ ਜਲਦ ਮੋੜਨ ਦੀ ਮੰਗ ਕੀਤੀ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸੇਵਾ ਭੋਜ ਯੋਜਨਾ ਤਹਿਤ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ GST ਵਜੋਂ ਵਸੂਲੀ ਗਈ ਰਕਮ ਵਿੱਚੋਂ 2 ਕਿਸ਼ਤਾਂ ਸ਼੍ਰੋਮਣੀ ਕਮੇਟੀ ਨੂੰ ਰਿਫੰਡ ਕਰ ਦਿੱਤੀਆਂ ਗਈਆਂ ਸਨ, ਜਦਕਿ ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਕਿਸ਼ਤ ਰਿਫੰਡ ਕਰ ਦਿੱਤੀ ਗਈ ਹੈ। GST ਜਿਹੜੀ ਲੰਗਰ 'ਤੇ ਲਾਈ ਗਈ ਸੀ ਉਹਦੀ ਅੱਜ ਕੁਛ ਸਾਨੂੰ ਰਿਫੰਡ ਮਿਲਿਆ। ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਿਹਾ ਕਿ ਗੁਰੂ ਕੇ ਲੰਗਰਾਂ 'ਤੇ GST ਲੱਗਣੀ ਹੀ ਨਹੀਂ ਚਾਹੀਦੀ ਸੀ, ਅਤੇ ਜੇ GST ਲੱਗ ਗਈ ਸੀ ਤਾਂ ਸੈਂਟਰ ਗੌਰਮੈਂਟ ਨੇ ਸਾਨੂੰ 2 ਕਿਸ਼ਤਾਂ ਵਾਪਸ ਕਰਤੀਆਂ ਸੀ, ਪਰ ਪੰਜਾਬ ਗੌਰਮੈਂਟ ਵੱਲੋਂ ਸਮੁੱਚੀ GST ਵਾਪਸ ਕਰਨ ਦਾ ਸਾਨੂੰ ਆਇਤ ਕੀਤਾ ਸੀ। 3,27,00,000 ਰੁਪਈਏ ਦਾ ਜਿਹੜਾ ਸੀ ਅਸੀਂ ਉਹਨਾਂ ਨੂੰ ਅਪਲਾਈ ਕੀਤਾ ਸੀ, ਜਿਹਦੇ ਵਿੱਚੋਂ ਪਹਿਲੀ ਕਿਸ਼ਤ ਜਿਹੜੀ ਆ 1,96,00,000 ਦੀ ਅੱਜ ਸਾਨੂੰ ਮਿਲ ਗਈ ਆ। ਅਸੀਂ ਪੰਜਾਬ ਸਰਕਾਰ ਦਾ ਇਸ ਕਾਰਜ ਲਈ ਧੰਨਵਾਦ ਕਰਦੇ ਹਾਂ। ਇਹ ਪੈਸੇ ਜਿਹੜੇ ਨੇ, ਇਹ ਰਕਮ ਜਿਹੜੀ ਆ ਗੁਰੂ ਘਰਾਂ ਦੇ ਵਿੱਚ ਜਿਹੜੀ ਸੰਗਤ ਚੜ੍ਹਾਉਂਦੀ ਆ, ਇਹ ਲੋਕਾਂ ਦੀ ਕਿਰਤ ਕਮਾਈ ਦੀ ਰਕਮ ਹੈ, ਭਾਵਨਾ ਦੇ ਨਾਲ ਸ਼ਰਧਾ ਸਤਿਕਾਰ ਦੇ ਨਾਲ ਚੜ੍ਹਾਉਂਦੇ ਆ। ਇਹਨਾਂ ਪੈਸਿਆਂ ਦਾ ਟੈਕਸ ਨਹੀਂ ਕੱਟਿਆ ਜਾਣਾ ਚਾਹੀਦਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਹਾਈਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਮਿਸ਼ਨ ਦੀ ਕਥਿਤ ਤੌਰ 'ਤੇ ਹੇਠੀ ਕਰਨ ਦੀ ਸ਼ਿਕਾਇਤ ਦੇ ਮਾਮਲੇ ਵਿੱਚ
ਸੁਖਬੀਰ ਬਾਦਲ ਤੇ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਦੋਵਾਂ ਨੂੰ ਅਗਲੇ ਹੁਕਮ ਤੱਕ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਦੋਵਾਂ ਦੇ ਵਕੀਲ ਨੇ ਕਿਹਾ ਕਿ ਇਸ ਸ਼ਿਕਾਇਤ ਨਾਲ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਅਕਸ ਨੂੰ ਬੇਵਜ੍ਹਾ ਢਾਹ ਲੱਗ ਰਹੀ ਹੈ। ਫਿਲਹਾਲ ਕੋਰਟ ਨੇ ਉਹਨਾਂ ਨੂੰ ਅਗਲੇ ਹੁਕਮਾਂ ਤੱਕ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਵੀਰਵਾਰ ਨੂੰ ਇਸ ਮਾਮਲੇ ਵਿੱਚ ਮੁੱਖ ਮੁੱਦੇ ਤੇ ਵੀ ਦੋਵਾਂ ਦੇ ਵਕੀਲਾਂ ਨੇ ਆਪਣੀ ਬਹਿਸ ਮੁਕੰਮਲ ਕਰ ਲਈ ਹੈ ਤੇ ਹੁਣ ਸੋਮਵਾਰ ਨੂੰ ਜਸਟਿਸ ਰਣਜੀਤ ਸਿੰਘ ਦੇ ਵਕੀਲ ਆਪਣਾ ਪੱਖ ਰੱਖਣਗੇ। ਮਾਮਲੇ ਦੇ ਮੁਤਾਬਕ ਜਸਟਿਸ ਰਣਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਸੁਖਬੀਰ ਬਾਦਲ ਤੇ ਮਜੀਠੀਆ ਇੱਕ ਪ੍ਰੈਸ ਕਾਨਫਰੰਸ ਕਰਕੇ ਕਮਿਸ਼ਨ ਦੀ ਸ਼ਾਨ ਦੇ ਖਿਲਾਫ਼ ਬਿਆਨਬਾਜ਼ੀ ਕਰ ਰਹੇ ਨੇ, ਲਿਹਾਜ਼ਾ ਦੋਵਾਂ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ। ਦੇਖੋ, ਜਿਹੜੀ ਇਹ ਕੰਪਲੇਂਟ ਫਾਈਲ ਕੀਤੀ ਗਈ ਹੈ ਕਮਿਸ਼ਨ ਦੁਆਰਾ, ਰਿਟਾਇਰਡ ਆਨਰੇਬਲ ਜਸਟਿਸ ਰਣਜੀਤ ਸਿੰਘ ਜੀ ਕਮਿਸ਼ਨ ਦੇ ਮੈਂਬਰ ਸੀ, ਵਨ ਮੈਂਬਰ ਕਮਿਸ਼ਨ ਸੀਗੀ। ਸੋ ਇਹ ਕੰਪਲੇਂਟ ਜਿਹੜੀ ਹੈਗੀ ਅੰਡਰ ਦੀ ਕਮਿਸ਼ਨਸ ਆਫ ਇਨਕੁਆਇਰੀ ਐਕਟ ਸੈਕਸ਼ਨ 10A ਦੇ ਤਹਿਤ ਫਾਈਲ ਕੀਤੀ ਗਈ ਹੈ। ਸਾਡਾ ਇਹ ਕਹਿਣਾ ਸੀਗਾ ਕਿ ਹੁਣ ਜਿਹੜੀ ਕਮਿਸ਼ਨ ਹੈਗੀ ਉਹ 30 ਅਗਸਤ 2018 ਤੋਂ ਸੀਸ ਟੂ ਐਗਜ਼ਿਸਟ ਹੋ ਗਈ, ਯਾਨੀ ਕਮਿਸ਼ਨ ਖਤਮ ਹੋ ਚੁੱਕੀ ਹੈ, ਅਤੇ ਕੋਈ ਵੀ ਮੈਂਬਰ ਜਿਹੜਾ ਐਕਸ ਮੈਂਬਰ ਹੈਗਾ ਉਸ ਡਾਇਰੈਕਟਲੀ ਹਾਈ ਕੋਰਟ 'ਚ ਕੰਪਲੇਂਟ ਨਹੀਂ ਕਰ ਸਕਦਾ ਔਰ ਉਹਨੂੰ ਪਬਲਿਕ ਸਰਵੈਂਟ ਹੋਣ ਦੀ ਇਮਿਊਨਿਟੀ ਨਹੀਂ ਮਿਲ ਸਕਦੀ, ਕਿਉਂਕਿ ਕਾਨੂੰਨ 'ਚ ਲਿਖਿਆ ਗਿਆ ਹੈ ਕਿ ਅਗਰ ਤੁਸੀਂ ਪਬਲਿਕ ਸਰਵੈਂਟ ਹੋ ਤਾਂ ਤੁਹਾਨੂੰ ਮੈਜਿਸਟਰੇਟ ਦੇ ਅੱਗੇ ਐਵੀਡੈਂਸ ਦੇਣ ਦੀ ਲੋੜ ਨਹੀਂ ਹੈ ਅਤੇ ਮੈਜਿਸਟਰੇਟ ਤੁਹਾਡੀ ਕੰਪਲੇਂਟ 'ਤੇ ਸਿੱਧਾ ਕੋਗਨੀਜੈਂਸ ਲੈ ਸਕਦਾ, ਕਿਉਂਕਿ ਇੱਥੇ ਮੈਜਿਸਟਰੇਟ ਦੀ ਜਗ੍ਹਾ ਹਾਈ ਕੋਰਟ ਨੂੰ ਪਾਵਰ ਦਿੱਤੀ ਗਈ ਹੈ ਕੰਪਲੇਂਟ ਐਂਟਰਟੇਨ ਕਰਨ ਦੀ। ਅਤੇ ਸਾਡਾ ਇਹ ਮੰਨਣਾ ਸੀ ਕਿ ਇਹ ਕੰਪਲੇਂਟ ਮੇਨਟੇਨੇਬਲ ਨਹੀਂ ਹੈਗੀ, ਕਿਉਂਕਿ ਕਮਿਸ਼ਨ ਖਤਮ ਹੋ ਚੁੱਕੀ ਹੈ ਔਰ ਜਿਹੜੇ ਆਨਰੇਬਲ ਜਸਟਿਸ ਰਣਜੀਤ ਸਿੰਘ ਨੇ ਉਹ ਐਕਸ ਮੈਂਬਰ ਨੇ ਕਮਿਸ਼ਨ ਦੇ, ਕਮਿਸ਼ਨ ਅਲਾਈਵ ਨਹੀਂ ਹੈਗੀ, ਸੋ ਉਹ ਸੈਕਸ਼ਨ 10A ਦੇ ਤਹਿਤ ਕੰਪਲੇਂਟ ਮੇਨਟੇਨੇਬਲ ਨਹੀਂ ਕਰ ਸਕਦੇ। ਪਹਿਲੀ ਦੂਜੀ ਗੱਲ, ਕੰਪਲੇਂਟ ਸਾਨੂੰ ਬੁਲਾਉਣ ਤੋਂ ਪਹਿਲਾਂ ਇਹ ਇੰਪੈਰੇਟਿਵ ਔਰ ਇੰਪੋਰਟੈਂਟ ਹੈਗਾ, ਨੈਸੈਸਰੀ ਹੈਗਾ ਕਿ ਕੰਪਲੇਨੈਂਟ ਦਾ ਬਿਆਨ ਮੈਜਿਸਟਰੇਟ ਜਾਂ ਹਾਈ ਕੋਰਟ ਰਿਕਾਰਡ ਕਰੇ। ਉਹ ਰਿਕਾਰਡਿੰਗ ਤਾਂ ਹੀ ਇਗਨੋਰ ਕੀਤੀ ਜਾ ਸਕਦੀ ਹੈ ਅਗਰ ਜਿਹੜਾ ਕੋਈ ਕੰਪਲੇਨੈਂਟ ਹੋਏ ਉਹ ਪਬਲਿਕ ਅਥਾਰਿਟੀ ਜਾਂ ਪਬਲਿਕ ਸਰਵੈਂਟ ਹੋਏ, ਕਿਉਂਕਿ ਐਕਸ ਮੈਂਬਰ ਪਬਲਿਕ ਅਥਾਰਿਟੀ ਔਰ ਪਬਲਿਕ ਸਰਵੈਂਟ ਨਹੀਂ ਹੈਗਾ। ਅਤੇ ਸਾਡਾ ਇਹ ਮੰਨਣਾ ਸੀਗਾ ਕਿ ਜਦ ਤੱਕ ਆਨਰੇਬਲ ਜਸਟਿਸ ਰਣਜੀਤ ਸਿੰਘ ਕੋਰਟ 'ਚ ਆ ਕੇ ਆਪਣੀ ਸਟੇਟਮੈਂਟ ਨਾ ਕਰਨ ਔਰ ਜਦ ਤੱਕ ਕੋਰਟ ਦਾ ਇਹ ਓਪੀਨੀਅਨ ਨਾ ਹੋਵੇ ਕਿ ਸਾਡੇ ਖਿਲਾਫ਼ ਕੋਈ ਮੁਕੱਦਮਾ ਬਣਦਾ ਹੈ, ਸਾਨੂੰ ਬੁਲਾਇਆ ਵੀ ਨਹੀਂ ਜਾ ਸਕਦਾ। ਸੋ ਅੱਜ ਸਾਡੀ ਬਹਿਸ ਇਹ ਰਹੀ ਕਿ ਇਹ ਕੰਪਲੇਂਟ ਮੇਨਟੇਨੇਬਲ ਨਹੀਂ ਹੈਗੀ। ਅਬੋਹਰ ਦੇ ਫੋਕਲ ਪੁਆਇੰਟ ਸਥਿਤ ਤੇਲ ਫੈਕਟਰੀ ਵਿੱਚ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਹਾਲਾਤ ਨੂੰ ਜ਼ਿਆਦਾ ਸੰਗੀਨ ਮੰਨਦੇ ਹੋਏ ਅਬੋਹਰ ਦੀ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਵੱਲੋਂ ਫੌਜ ਨੂੰ ਸੱਦਿਆ ਗਿਆ। ਅਬੋਹਰ ਦੇ SP ਮਨਜੀਤ ਸਿੰਘ, SDM ਸਣੇ ਸਾਰੇ ਉੱਚ ਅਫਸਰ ਮੌਕੇ 'ਤੇ ਮੌਜੂਦ ਸਨ। ਅੱਜ ਬਾਅਦ ਦੁਪਹਿਰ ਸਿਵਲ ਲਾਈਨ ਹਰਚੋਵਾਲ ਰੋਡ ਕਾਦੀਆਂ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਮਾਂ ਪੁੱਤਰ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ 'ਤੇ ਬੈਠੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਕੌਰ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਬਸਰਾਵਾਂ, ਜੋ ਕਿ ਆਪਣੇ ਪੁੱਤਰ ਬਲਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਕਾਦੀਆਂ ਜਾ ਰਹੀ ਸੀ, ਅਤੇ ਜਦੋਂ ਉਹ ਸਿਵਲ ਲਾਈਨ ਚੁੰਗੀ ਕਾਦੀਆਂ ਕੋਲ ਪਹੁੰਚੀ ਤਾਂ ਚੰਡੀਗੜ੍ਹ ਹੁਸ਼ਿਆਰਪੁਰ ਤੋਂ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਦੀ ਬੱਸ ਹੇਠਾਂ ਆ ਕੇ ਮੌਤ ਹੋ ਗਈ। ਮੌਕੇ 'ਤੇ ਪੁੱਜੀ ਕਾਦੀਆਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰਵਾਈ ਜੇ ਮਤਲਬ ਪੁੱਛਦੇ ਆ ਕੀ ਕਾਰਵਾਈ ਕਰਾਉਣੀ ਹੈ ਨਾ, ਉਸ ਹਿਸਾਬ ਨਾਲ ਬਿਆਨ ਲੈ ਕੇ ਕਿੱਦਾਂ ਕਰਾਉਣੀ। ਕਿ ਹਾਦਸਾ ਕੀ ਹੋਇਆ? ਹਾਦਸਾ ਇਹ ਵੀ ਉਹ ਮੋਟਰਸਾਈਕਲ 'ਤੇ ਮੁੰਡਾ ਜਾ ਰਿਹਾ, ਮੋਟਰਸਾਈਕਲ ਤੋਂ ਕਿਤੇ ਡਿੱਗ ਕੇ ਜਾਣੀ ਉਹ ਟਾਇਰ ਛੱਡਿਆ। ਕਿੰਨੀ ਉਮਰ ਸੀ? ਕਿੰਨੀ ਉਮਰ ਹੋਈ? 50 ਸਾਲ ਦੇ। ਬਠਿੰਡਾ ਵਿੱਚ 2 ਨਵ ਜੰਮੀਆਂ ਬੱਚੀਆਂ ਨੂੰ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚੀਆਂ ਇੱਕ ਨਿੱਜੀ ਹਸਪਤਾਲ ਵਿੱਚ ਪੈਦਾ ਹੋਈਆਂ ਸਨ, ਜਿਸ ਕਾਰਨ ਨਿੱਜੀ ਹਸਪਤਾਲ ਵਿੱਚ ਹਫੜਾ ਦਫੜੀ ਮਚ ਗਈ। ਦਾਦੀ ਦੀ ਨਿਸ਼ਾਨਦੇਹੀ 'ਤੇ ਪੁਲਿਸ ਵੱਲੋਂ ਬੱਚੀਆਂ ਦੀ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਜਾਂਚ ਅਧਿਕਾਰੀ SI ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਔਰਤ ਦੇ 2 ਜੁੜੀਆਂ ਬੱਚੀਆਂ ਪੈਦਾ ਹੋਈਆਂ ਸਨ, ਉਹਨਾਂ ਦੇ ਗੁੰਮ ਹੋਣ ਦੀ ਉਹਨਾਂ ਨੂੰ ਇਤਲਾਹ ਮਿਲੀ, ਜਿਸ ਤੋਂ ਬਾਅਦ ਹੁਣ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੀਆਂ ਕਿੱਥੇ ਨੇ। ਹਾਂਜੀ, ਇਹ ਸਾਨੂੰ ਸਵੇਰੇ ਜਾਣਕਾਰੀ ਮਿਲੀ ਸੀਗੀ ਕਿ ਗਗਨ ਹੋਸਪਿਟਲ ਹੈਗਾ ਨਿਰਵਾਣ ਸਟੇਟ ਦੇ ਵਿੱਚ, ਉੱਥੇ ਇੱਕ ਲੜਕੀ ਅਮਨਦੀਪ ਕੌਰ ਕੱਲ੍ਹ ਦਾਖਲ ਹੋਈ ਸੀਗੀ। ਉਹ ਲੜਕੀ ਪ੍ਰੈਗਨੈਂਟ ਸੀਗੀ ਅਤੇ ਕੱਲ੍ਹ ਉਹਨੇ ਉਹਦੀ ਡਿਲੀਵਰੀ ਹੋਈ, ਜਿਸ 'ਚ ਉਹਨੇ 2 ਜੋੜੀਆਂ ਬੱਚੀਆਂ ਨੂੰ ਜਨਮ ਦਿੱਤਾ। ਸਾਨੂੰ ਉੱਥੋਂ ਇਹ ਜਾਣਕਾਰੀ ਮਿਲੀ ਕਿ ਉਹ ਜੋ ਜਿਹੜੀਆਂ 2 ਬੱਚੀਆਂ ਨੇ
ਉਹਨਾਂ ਨੂੰ ਉਹਦੇ ਪਰਿਵਾਰ ਵਾਲਿਆਂ ਨੇ ਨਹਿਰ ਦੇ ਵਿੱਚ ਸਿੱਟ ਦਿੱਤਾ ਹੈ ਅਤੇ ਇਸ ਕਰਕੇ ਅਸੀਂ ਆਪਣੀ ਪੁਲਿਸ ਟੀਮ ਜਿਹੜੀ ਉੱਥੇ ਮੌਕੇ 'ਤੇ ਭੇਜੀ ਅਤੇ ਉੱਥੋਂ ਅਸੀਂ ਰਾਊਂਡ ਅਪ ਕੀਤਾ ਹੈਗਾ ਉਹ ਲੜਕੀ ਦੀ ਮਦਰ ਨੂੰ ਅਤੇ ਉਹਦੇ ਬ੍ਰਦਰ ਨੂੰ ਮਲਕੀਤ ਕੌਰ ਅਤੇ ਬਲਜਿੰਦਰ ਸਿੰਘ ਅਤੇ ਉਹਨਾਂ ਨੇ ਕਬੂਲ ਵੀ ਕੀਤਾ ਕਿ ਕੱਲ੍ਹ ਰਾਤ ਨੂੰ 8 ਤੋਂ 9 ਦੇ ਦਰਮਿਆਨ ਉਹਨਾਂ ਨੇ ਉਹ ਦੋਨੋਂ ਬੱਚੀਆਂ ਨੂੰ ਨਹਿਰ ਦੇ ਵਿੱਚ ਸਿੱਟਿਆ ਹੈਗਾ। ਕੀ ਲੜਕੇ ਨੇ ਬੱਚਿਆਂ ਦੀ? ਜਿਹੜੀ ਇਹ ਲੇਡੀ ਮਲਕੀਤ ਕੌਰ ਹੈ ਇਹ ਉਹ ਬੱਚੀਆਂ ਦੀ ਨਾਨੀ ਹੈ ਅਤੇ ਜਿਹੜਾ ਬਲਜਿੰਦਰ ਸਿੰਘ ਹੈ ਇਹ ਉਹ ਬੱਚੀਆਂ ਦਾ ਮਾਮਾ ਹੈ। ਅਸੀਂ 302 ਦੇ ਵਿੱਚ ਮਾਮਲਾ ਦਰਜ ਕਰਕੇ ਜਿਹੜੀ ਤਫਤੀਸ਼ ਹੈ ਸ਼ੁਰੂ ਕਰ ਦਿੱਤੀ। ਹਾਂਜੀ, ਦੋਨੋਂ ਅਰੈਸਟ ਹੋ ਗਏ। ਇਹ ਮੁੱਢਲੀ ਤਫਤੀਸ਼ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਲੜਕੀ ਅਮਨਦੀਪ ਕੌਰ ਹੈ ਇਹਦੇ ਕੋਲ ਪਹਿਲਾਂ 2 ਲੜਕੀਆਂ ਸੀਗੀਆਂ, ਇੱਕ 11 ਸਾਲ ਦੀ ਇੱਕ 3 ਸਾਲ ਦੀ, ਅਤੇ ਹੁਣ ਉਹਦੇ ਘਰ 2 ਹੋਰ ਬੱਚੀਆਂ ਨੇ ਜਨਮ ਲਿਆ। ਹੋ ਸਕਦਾ ਇਸ ਗੱਲ ਕਰਕੇ ਉਹਨਾਂ ਨੇ ਐਡਾ ਇਹ ਜਿਹੜਾ ਇਹੋ ਜਿਹਾ ਸਟੈਪ ਚੱਕਿਆ। CIA ਸਟਾਫ ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਕਰਿੰਡਾ ਦੇ ਸਾਂਝੇ ਆਪਰੇਸ਼ਨ ਵਿੱਚ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1 ਕਿਲੋ ਹੈਰੋਇਨ, ਜਿਸਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਦੱਸੀ ਜਾਂਦੀ ਹੈ, ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਕਤ ਦੋਸ਼ੀਆਂ ਖਿਲਾਫ਼ ਥਾਣਾ ਕਰਿੰਡਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਏ। ਇਸ ਮੌਕੇ ਤਸਕਰਾਂ ਵਿੱਚ ਖੌਫ ਵਜੋਂ ਜਾਣੇ ਜਾਂਦੇ DSP ਇਨਵੈਸਟੀਗੇਸ਼ਨ ਗੁਰਿੰਦਰ ਪਾਲ ਸਿੰਘ ਮੌਕੇ 'ਤੇ ਹਾਜ਼ਰ ਸਨ। ਕਰਿੰਡਾ ਥਾਣੇ ਦੇ ਵਿੱਚ ਮੁਹਾਵਾ ਪਿੰਡ ਦੀ ਆਊਟਸਕਰਟਸ 'ਤੇ 2 ਜਣਿਆਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਪਾਰਟੀ ਵੱਲੋਂ। ਇਹ ਚੰਗਾ ਕੰਮ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਘਰਿੰਡਾ ਏਰੀਆ ਦੇ ਵਿੱਚ, ਅਜਨਾਲਾ ਏਰੀਆ ਦੇ ਵਿੱਚ ਚੰਗੀ ਰਿਕਵਰੀ ਹੋਈ ਹੈ। ਇਹ 2 ਜਣੇ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਨੇ ਲਾਈਆਂ ਥਾਣਾ ਸਰਾਏ ਅਮਾਨਤ ਖਾਨ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹੈ। ਇਹਨਾਂ ਦਾ ਮੋਟਿਵ ਕੀ ਹੈ, ਕਿਹਨੂੰ ਦੇਣਾ ਹੈ, ਇਹ ਕੰਸਾਈਨਮੈਂਟ ਕਿਹੜੇ ਪਾਸੇ ਜਾਣੀ ਸੀ ਅਤੇ ਇਹ ਕਿੱਥੋਂ ਆਈ ਹੈ, ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਸਾਨੂੰ ਪਤਾ ਲੱਗ ਰਿਹਾ ਕਿ ਇਹ ਕਿਸੇ ਹੋਰ ਕੋਲੋਂ ਕੰਸਾਈਨਮੈਂਟ ਲੈ ਕੇ ਆ ਰਹੇ ਸੀ ਅਤੇ ਕਿਸੇ ਨੂੰ ਅੱਗੇ ਸਪਲਾਈ ਇਹਨਾਂ ਨੇ ਕਰਨੀ ਹੈ। ਇਹ ਜਿਹੜੀ ਪੂਰੀ ਸਪਲਾਈ ਚੇਨ ਹੈ ਕਿੱਥੋਂ ਸਟਾਰਟ ਹੁੰਦੀ ਹੈ, ਕਿਹੜੇ ਪਾਸੇ ਨੂੰ ਜਾਂਦੀ ਹੈ, ਇਦੋਂ ਪਹਿਲਾਂ ਇਹਨਾਂ ਦੇ ਉੱਤੇ ਮੁਕੱਦਮੇ ਕੋਈ ਹੈ ਨਹੀਂ ਹੈ, ਇਹਨਾਂ ਦਾ ਪੂਰਾ ਨੈਟਵਰਕ ਕੀ ਹੈ, ਇਹ ਕਿਸ ਤਰ੍ਹਾਂ ਦਾ ਕੰਮ ਕਰਦੇ ਆ ਪੂਰੀ ਸਪਲਾਈ ਚੇਨ ਦੇ ਵਿੱਚ, ਇਹ ਦੇਖਣਾ ਲਾਜ਼ਮੀ ਹੋਊਗਾ। ਜਲੰਧਰ ਦੇ ਨਿਊ ਦਿਓਲ ਨਗਰ ਵਿੱਚ ਰਹਿੰਦੇ ASI ਦੇ ਅਚਾਨਕ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ASI ਰਮੇਸ਼ ਕੁਮਾਰ ਥਾਣਾ ਭਾਰਗਵ ਕੈਂਪ ਵਿੱਚ ਤਾਇਨਾਤ ਹੈ। ਰਮੇਸ਼ ਕੁਮਾਰ ਦਿਓਲ ਨਗਰ ਵਿਖੇ ਆਪਣੇ ਘਰ ਵਿੱਚ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਗੋਲੀ ਰਮੇਸ਼ ਕੁਮਾਰ ਦੇ ਸੀਨੇ ਵਿੱਚੋਂ ਆਰ ਪਾਰ ਹੋ ਗਈ। ਮੌਕੇ 'ਤੇ ਰਮੇਸ਼ ਕੁਮਾਰ ਨੂੰ ਜੋਸ਼ੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਜਲੰਧਰ ਸਿਕਿਉਰਿਟੀ ਡਿਊਟੀ 'ਚ ਤੈਨਾਤ ਸੀਗਾ, ਇਹ ਉਹ ਪਤਾ ਕਰ ਰਹੇ ਹਾਂ ਐਗਜੈਕਟ ਇਹਦੀ ਪੋਸਟਿੰਗ ਕਿੱਥੇ ਸੀਗੀ। ਪਹਿਲੇ ਜਿਹੜਾ ਹਾਦਸਾ ਹੋਇਆ ਘਰੇ ਹੋਇਆ ਉਹਦੇ, ਰਮੇਸ਼ ਲਾਲ ਨਹੀਂ, ਅਜੇ ਨਹੀਂ, ਅਜੇ ਕੋਈ ਨਹੀਂ, ਅਜੇ ਕੋਈ ਨਹੀਂ, ਨਹੀਂ ਨਹੀਂ ਅਜੇ ਕੋਈ ਨਹੀਂ ਪਤਾ ਲੱਗਿਆ। ਘਰਦਿਆਂ ਨਾਲ ਕਰਦੇ ਹਾਂ, ਹੁਣ ਇੱਥੇ ਹੀ ਆ ਸਾਰੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਰੇ ਹੀ ਆ, ਉਹਨਾਂ ਨਾਲ ਕਰਦੇ ਹਾਂ ਗੱਲਬਾਤ, ਗੱਲ ਕਰਕੇ ਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਿਆ। ਉਹਨਾਂ ਕਿਹਾ ਕਿ ਉਹਨਾਂ ਦੇ ਭਰਾ ਨਰਿੰਦਰ ਮੋਦੀ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਚੰਗੇ ਅਰਥ ਸ਼ਾਸਤਰੀ ਨੇ, ਉਹਨਾਂ ਨਾਲ ਮਿਲ ਕੇ ਕੰਮ ਕੀਤਾ ਜਾਵੇ ਤਾਂ ਅਰਥ ਵਿਵਸਥਾ ਵਿੱਚ ਸੁਧਾਰ ਹੋ ਸਕਦਾ ਹੈ। ਦੇਸ਼ ਕਾ ਪੰਥ ਪ੍ਰਧਾਨ ਦੁਨੀਆ ਮੇ ਦੇਸ਼ ਕਾ ਨਾਮ ਰੋਸ਼ਨ ਕਰ ਰਿਹਾ ਹੈ ਔਰ ਪਰਿਵਾਰ ਕੇ ਨਾਤੇ ਆਜ ਮੈਂ ਸੁਵਰਣ ਮੰਦਿਰ ਕੇ ਗੁਰੂ ਗ੍ਰੰਥ ਸਾਹਿਬ ਕੇ ਦਰਸ਼ਨ ਕਰਕੇ ਦੇਸ਼ ਕੀ ਉੱਨਤੀ, ਦੇਸ਼ ਕਾ ਸਹਿਕਾਰ, ਦੇਸ਼ ਕਾ ਵਿਕਾਸ ਕੀ ਭੀਖ ਮੰਗੀ ਹੈ ਔਰ ਆਸਾ ਕਰਤਾ ਹੂੰ ਕਿ ਗੁਰੂ ਗ੍ਰੰਥ ਸਾਹਿਬ ਦੇਸ਼ ਕੇ ਪੰਥ ਪ੍ਰਧਾਨ ਨਰਿੰਦਰ ਦਾਮੋਦਰ ਦਾਸ ਮੋਦੀ ਕੋ ਐਸੀ ਸ਼ਕਤੀ ਪ੍ਰਦਾਨ ਕਰੇ ਹਿੰਦੁਸਤਾਨ ਕੀ ਰਕਸ਼ਾ ਕੇ ਲਈ ਜੋ ਕਾਮ ਕੀਆ ਹੈ ਉਹ ਅਖੰਡ ਭਾਰਤ
फिर से बना रहे ऐसी गुरु ग्रंथ साहब से मेरी प्रार्थना है। पुलिस थाना फिरोजपुर सिटी अधीन पैंदे शांति नगर नज़दीक पुड्डा कलोनी विचों जिंदा ग्रनेड मिलन कारण इलाके विच दहशत दा माहौल है। मिली जानकारी मुताबक स्थानक लोग कलोनी दी सफाई कर रहे सन तां उत्थे लोहे नुमा वस्तु मिली जो पड़ताल करन तो बाद बंब होण दा पता लगा जो कि पुराना होण करके जंगा लिया पिया आई। सूचना मिलन ते SHO जतिंदर सिंह मौके ते पहुंचे। उन्हां दस्सिया कि ग्रनेड मिलन दी सूचना आर्मी नूं दित्ती गई जिस तो बाद जांच कीती जा रही है। इस नाल ही अजीत खबरों का यह बुलेटिन खत्म होंदा है। कुछ होर नवीं खबरों नाल फिर तो हाजिर होवांगे। तद तक लई आग्या दिओ, सत श्री अकाल।